ਹੈਲੋ ਗਾਇਸ, ਅੱਜ ਈਵਨਿੰਗ ਹੈ ਵੀ ਪਕੌੜੇ ਬਹੁਤ ਸਵਾਦ ਬਣੇਗੇ। ਰਿਸ਼ੂ ਦੱਸ ਪਕੌੜੇ ਕਿਉਂ ਬਣੇਗੇ? ਹੈਲੋ ਗਾਇਸ, ਅੱਜ ਈਵਨਿੰਗ ਹੈ ਅਤੇ ਥੰਮ ਪਕਾਇਆ ਪਹਿਲਾਂ, ਹੈ ਨਾ, ਥੰਮ ਦੇ ਬਣਾਤੇ ਗੁਲਗੁਲੇ ਵਗੈਰਾ ਮੱਥੇ ਲਈ ਅਤੇ ਹਾਂ ਬਸ ਰਹਿੰਦੇ, ਬਸ ਕੋਈ ਨਹੀਂ, ਸੁਬਾਹ ਮੱਥਾ ਟੇਕਾਂਗੇ, ਠੀਕ ਹੈ, ਬਸ ਡੀ ਦਾ। ਅਤੇ ਇੱਧਰ ਪਕੌੜੇ ਬਣਾਏ ਆ, ਜੋ ਥੰਮ ਪੱਕਦਾ ਹੁੰਦਾ ਤਾਂ ਤਲਿਆ ਹੋਇਆ ਬਣਾਉਂਦੇ ਹੁੰਦੇ ਨੇ, ਅਤੇ ਉਹ ਪਕੌੜੇ ਨੇ, ਇੱਧਰ ਤਲਿਆ ਹੋਇਆ ਬਣਾਉਣਾ। ਅਤੇ ਰਿਸ਼ੂ ਦਿਖਾਉਂਦਾ ਬਾਹਰ, ਰਿਸ਼ੂ ਪਕੌੜੇ ਖਾ ਰਹੀ ਹੈ ਬੈਠੀ, ਉਹ ਬੈਠੀ ਹੈ। ਰਿਸ਼ੂ ਰਿਸ਼ੂ ਕਿਵੇਂ ਲੱਗੇ ਪਕੌੜੇ? ਕਿਵੇਂ ਲੱਗਾ ਲਿਓ ਪਕੌੜੇ? ਪਨੀਰ ਵਾਲੇ ਆ ਰਹੇ ਹੈ, ਮਾਮੀ ਬਣਾ ਰਹੀ ਹੈ ਪਨੀਰ ਵਾਲੇ ਵੀ, ਉਹ ਵੀ ਲੈ ਲਈ। ਖਾ ਕੇ ਦੱਸ ਕਿਵੇਂ ਲੱਗਿਆ? ਟੇਸਟੀ ਬਣਿਆ? ਪਕੌੜੇ ਬਣ ਰਹੇ ਨੇ ਫਟਾਫਟ, ਰਿਸ਼ੂ ਖਾ ਰਹੀ ਹੈ ਉੱਧਰ, ਅਤੇ ਇੱਧਰ ਹੁਣ ਬਸ ਮੈਂ ਵੀ ਖਾਣ ਲੱਗਿਆ। ਜਿੱਧਰ ਚਾਹ ਉਤਰ ਗਿਆ ਅੱਧਾ ਪਾ ਕੇ, ਅਤੇ ਫਲੇਵਰ ਅੱਧਾ ਵਧੀਆ ਲੱਗਦਾ ਚਾਹ, ਚਾਦੇ ਵਾਲੀ ਚਾਹ। ਅਤੇ ਸੁਬਾਹ ਬੱਸ ਅੱਡੀ ਦਾ ਮੱਥਾ ਟੇਕਣ ਜਾਣਾ, ਸੁਬਾਹ ਬੱਸ ਅੱਡੀ ਮੱਥਾ ਟੇਕਣ ਚੱਲਾਂਗੇ, ਤੁਹਾਨੂੰ ਦਿਖਾਊਂਗਾ। ਪਿੰਡ ਜਾਵਾਂਗੇ ਨਾ ਆਪਾਂ, ਸ਼ਾਇਦ ਪਿੰਡ ਜਾਵਾਂਗੇ, ਪਿੰਡ ਜਾਵਾਂਗੇ ਸ਼ੀਤਲਾ ਮਾਤਾ ਦੇ ਮੱਥਾ ਟੇਕਣ ਲਈ। ਕਾਨਾ ਜੀ ਨੂੰ ਭੋਗ ਲਗਾਉਂਦੇ ਹਾਂ, ਕ੍ਰਿਸ਼ਨ ਜੀ ਨੂੰ ਭੋਗ ਲਗਾਉਂਦੇ ਆਪਾਂ, ਅਤੇ ਕ੍ਰਿਸ਼ਨ ਜੀ ਸਾਡੇ ਠਾਕਰ ਜੀ ਬੈਠੇ ਹਾਂ, ਭੋਗ ਲਗਾਉਂਦੇ। ਜੈ ਕ੍ਰਿਸ਼ਨ ਜੀ। ਕਿਵੇਂ ਲੱਗ ਰਿਹਾ ਪਕੌੜੇ? ਠੀਕ ਲੱਗ ਰਹੇ? ਚਲੋ ਚਲੋ, ਮਾਮੀ ਲਈ ਪਕੌੜੇ ਹੋਰ, ਰਿਸ਼ੂ ਲਈ ਵਾਓ। ਹਾਂਜੀ ਗਾਇਸ, ਮੱਥਾ ਟੇਕਣ ਜਾ ਰਿਹਾ, ਸੁਬਾਹ ਦਾ ਟਾਈਮ ਹੈ ਅਤੇ ਪਿੰਡ ਜਾ ਰਿਹਾ ਸ਼ੀਤਲਾ ਮਾਤਾ 'ਤੇ ਮੱਥਾ ਟੇਕਣ, ਬੱਦਲ ਦੂਏ। ਆ ਗਿਆ ਸਾਡਾ ਨਾਭਾ ਬੱਸ ਸਟੈਂਡ। ਹਾਂਜੀ ਗਾਇਸ, ਪਿੰਡ ਪਹੁੰਚ ਗਏ ਮੱਥਾ ਟੇਕਣ ਲਈ, ਚਲੋ ਮੱਥਾ ਟੇਕਦਾ। ਮੈਨੂੰ ਬਰੂਡ ਕਹਿੰਦੇ ਨੇ ਨਾ, ਬਰੂਡ ਬਚਪਨ ਤੋਂ ਮੱਥਾ ਟੇਕਦਾ ਆ ਰਿਹਾ ਸ਼ੀਤਲਾ ਮਾਤਾ ਦੇ। ਅਤੇ ਇੱਧਰ ਆਪਣਾ ਮੰਦਰ ਹੈ ਸ਼੍ਰੀ ਦੁਰਗਾ ਮੰਦਿਰ ਭੱਦਲਪੁਰ ਵਿੱਚ। ਹਾਂਜੀ ਗਾਇਸ, ਮੱਥਾ ਟੇਕ ਲਿਆ ਅਤੇ ਹੁਣ ਘਰੇ ਜਾ ਰਿਹਾ ਬਸ।